ਪਹਿਲੀ ਤੇ ਚੱਲ ਨਮਕ ਪਾਇਆ, ਦੂਜੇ ਉਹ ਪਹਾੜੇ ਲੱਸੀ ਬਣਾ ਲਈ ਇੱਥੇ ਹੀ ਵੇਦਾ ਤੇਰੇ ਪਿੱਛੇ ਹੋਣਾ। बिस्मिल्लाह रहमान रहीम, उम्मीद करता हूँ कि आप सब दोस्त खैरियत से होंगे, अल्लाह ताला आपको शाद आबाद रखे। तो मैं और आज वकार भाई खेतों में आए हैं, ये देखें आपके मेरे पीछे बिल्कुल हरियाली की रियाली। बारिश होने की वजह से फसलें नहीं हो सकी, लेकिन फिर भी अल्लाह की नेमत है, अल्लाह ने अपनी रहमत से बहुत ज़्यादा नवाजा है। तो या मेरे पीछे जिस तरह भी देखेंगे हरियाली हरियाली है, फसलें हैं, गंदम की फसल है। तो मैं और वकार भाई इसलिए आए हैं कि जनाब जी वकार भाई की हेल्प करेंगे। मैंने कभी घास नहीं काटी, वकार साहब ने जानवर के लिए चारा काटना था। आप हाँ जी वकार भाई चलिए जनाब जी, चारा शारा कट्टे ने डंगर लिए। बिल्कुल जी, पट्ठे से वढ़ने पैने ने भाई जी। अज घर दिन कहता पट्ठे वढ़ो है जी, अज महीना डेढ़ हो गया छुट्टी आए दे। पूरा दब के क्या घर दिया ने? घर दिन भाई पूरे जेड़ा ने दाबे नाल वो कह जी, अबू होने ने भी अम्मी ने उन्हें कहा पुत्र अज पट्ठे तेनों वढ़ने पैने ने। ਹੁਣ ਜਿਹੜੇ ਹੈ ਨੇ ਕੋਈ ਚਾਰ ਦਿਨ ਤਾਂ ਸਾਨੂੰ ਚਲੋ ਇੰਨੇ ਕੁ ਦਿਨ ਜਿਹੜੇ ਨੇ ਸੁੱਖ ਲੱਗ ਗਏ ਕਿ ਚਲੋ ਪੁੱਤਰ ਸਾਡਾ ਪੱਠੇ ਛੱਡੇ ਵੱਢਦਾ। ਅਤੇ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਸੀ ਕਿ ਚਲੋ ਯਾਰ ਮੈਂ ਪੱਠਿਆਂ ਤੋਂ ਬਗੈਰ ਹੀ ਛੁੱਟੀ ਗੁਜ਼ਾਰ ਲਾਂ, ਲੇਕਿਨ ਘਰਦਿਆਂ ਨੇ ਕਿਹਾ ਜੀ ਨਹੀਂ ਪੁੱਤਰ ਇਸ ਤਰ੍ਹਾਂ ਵਿਹਲਿਆਂ ਜਿਹੜਾ ਨੇ ਦਿਨ ਵਿਹਲਿਆਂ ਗੁਜ਼ਾਰਾ ਨਹੀਂ ਹੋਣਾ ਹੈ। ਚਲੋ ਕੋਈ ਢੇਰੀ ਪੱਠਿਆਂ ਦੀ ਵੱਢ ਲਿਆ, ਢੇਰੀ ਪੱਠਿਆਂ ਨੇ ਵੱਢ ਲਿਆ, ਅਗਰ ਘਰਦਿਆਂ ਨੇ ਵੀ ਖਿਆਲ ਨਹੀਂ ਕੀਤਾ ਕਿ ਬੱਚਾ ਬਾਹਰੋਂ ਆਇਆ ਮਹੀਨਾ ਇਹ ਛੁੱਟੀ ਗੁਜ਼ਾਰੀ ਹੈ, ਦੂਸਰੇ ਮਹੀਨੇ 'ਚ ਪੈਰ ਰੱਖਿਆ 2020 ਮੇਰੇ ਖਿਆਲ 'ਚ ਵਕਾਰ ਲਈ ਬਹੁਤ ਹੀ ਭਾਰੀ ਪਿਆ ਹੈ। 2020 ਇੱਕ ਤਰਫ ਖੁਸ਼ੀ ਆ ਰਹੀ ਹੈ ਵਕਾਰ ਸਾਹਿਬ ਲਈ ਅਤੇ ਦੂਸਰੀ ਤਰਫ ਭਾਰਾ ਯਾਨੀ ਗਮੀ ਹੈ। ਗਮੀ ਤਾਂ ਇਹ ਚੀਜ਼ ਦੀ ਹੈ, ਉਹਨੂੰ ਪੱਠੇ ਵੱਢਣੇ ਪੈ ਗਏ ਨੇ ਛੁੱਟੀ 'ਚ ਆ ਗਏ ਹੈ, ਅਤੇ ਖੁਸ਼ੀ ਇਹ ਚੀਜ਼ ਦੀ ਹੈ ਕਿ ਫੜੀ ਹੈ ਕਿ ਵਕਾਰ ਦੀ ਸ਼ਾਦੀ ਹੈ, ਜਿਸ ਮਕਸਦ ਲਈ ਉਹ ਆਏ ਹਨ ਉਹ ਮਕਸਦ ਅੱਲਾਹ ਤਾਲਾ ਨੇ ਪੂਰਾ ਕਰ ਰਹੇ ਹਨ। ਇਨਸ਼ਾਅੱਲਾ ਵਕਾਰ ਸਾਹਿਬ ਦੀ ਸ਼ਾਦੀ ਵੀ ਹੈ, ਇਨਸ਼ਾਅੱਲਾ ਤੁਹਾਨੂੰ ਵਕਾਰ ਦੀ ਸ਼ਾਦੀ ਵੀ ਲਾਈਵ ਦਿਖਾਵਾਂਗੇ। ਬਿਲਕੁਲ ਜੀ ਬਿਲਕੁਲ, ਇਨਸ਼ਾਅੱਲਾ ਥੋੜ੍ਹੇ ਦਿਨ ਰਹਿ ਗਏ ਨੇ ਇਨਸ਼ਾਅੱਲਾ ਸ਼ਾਦੀ ਨੂੰ, ਅੱਲਾਹ ਨੇ ਖੈਰ ਖਰੀਅਤ ਨਾਲ ਦਿਨ ਆਏਗਾ ਅਤੇ ਅੱਲਾਹ ਪਾਕ ਸਲਾਮਤ ਰੱਖੇ ਤੁਹਾਨੂੰ ਵੀ ਅਤੇ ਸਾਨੂੰ ਵੀ। ਜਦੋਂ ਦਿਨ ਆਏਗਾ ਸ਼ਾਦੀ ਦਾ ਤਾਂ ਇਨਸ਼ਾਅੱਲਾ ਲਾਈਫ ਜਿਹੜਾ ਨਾ ਤੁਹਾਨੂੰ ਵੀਡੀਓ ਦਿਖਾਵਾਂਗੇ ਸ਼ਾਦੀ ਆਪਣੀ। ਬਿਲਕੁਲ ਚਲੋ ਜੀ ਵਕਾਰ ਸਾਹਿਬ, ਹੁਣ ਚੱਲੀਏ ਪੱਠੇ ਵੱਢੀਏ। ਆਹੋ ਜੀ, ਓਕੇ ਜੀ, ਆਹੋ ਜੀ ਪੱਠੇ ਵੱਢ। ਲਿਖੇ ਭਾਈ ਹੋਣੀ ਨੇ ਮਾਸ਼ਾਅੱਲਾ, ਤਲੀਮ ਵੀ ਮਾਸ਼ਾਅੱਲਾ ਇਹਨਾਂ ਨੇ ਚੰਗੀ ਕੀਤੀ ਹੈ, ਸ਼ਾਦੀ ਸ਼ੁਦੀ ਵੀ ਕਰ ਲਈ ਦੀ ਹੈ। ਅਤੇ ਬਾਕੀ ਇਹ ਕਿ ਦਾਤੜੀ ਵਾਲਾ ਕੰਮ ਇਹਨਾਂ ਨੇ ਕੋਈ ਨਹੀਂ ਕੀਤਾ, ਅਤੇ ਇਹ ਮਜ਼ਬੂਰੀ ਦਾ ਨਾਮ ਸ਼ੁਕਰੀਆ ਉਹਨਾਂ ਆਖਿਆ ਯਾਰ ਭਰਾ ਮੇਰਾ ਵੱਢ ਰਿਹਾ ਅਤੇ ਚੱਲ ਮੈਂ ਵੀ ਤੈਨੂੰ ਹੈਲਪ ਕਰਾ ਦਿੰਦਾ। ਇਹ ਸ਼ਾਨ ਭਾਈ ਹੋਣੀ ਲੱਗੇ ਨੇ ਮੇਰੇ ਨਾਲ ਹੈਲਪ ਕਰਨ। ਸਪੈਸ਼ਲ ਸਰ ਅਸੀਂ ਕਿੰਗਰਿਆਂ ਨੂੰ ਚੱਲ ਕੇ ਆਇਆ, ਮੈਂ ਵਕਾਰ ਭਾਈ ਨਾਲ ਹੈਲਪ ਕਰਵਾਈਏ ਥੋੜ੍ਹੀ ਜਿੰਨੀ। ਅਤੇ ਇਹ ਸ਼ਾਨ ਭਾਈ ਹੋਣੀ ਮਾਸ਼ਾਅੱਲਾ ਸਾਡੇ ਤੋਂ ਕਾਫੀ ਜਿਹੜਾ ਨਾ 3-4 ਸਾਲ ਵੱਡੇ ਹੈਗੇ ਨੇ ਮੇਰੇ ਤੋਂ, ਅਤੇ ਵਾਕਈ ਅਸੀਂ ਆਪਣੀ ਜ਼ਿੰਦਗੀ 'ਚ ਵੀ ਨਹੀਂ ਇਹਨਾਂ ਨੂੰ ਦੇਖਿਆ ਵੀ ਜ਼ਿੰਮੇਦਾਰਾ ਕਰਦੇ ਹਾਂ। ਛੁੱਟੀ ਆ ਉਹ ਕਿ ਦਾਤਰੀ ਨਾ ਜਿਹੜਾ ਨਾ ਫੜਨੇ ਪਈਏ ਤਾਂ ਕਿ ਵਾਪਸ ਫਿਰ ਤੁਰ ਜਾਓ। ਕਾਰ ਸਾਹਿਬ ਕਿੰਨੀ ਕੁ ਛੁੱਟੀ ਆਈ ਹੈ ਜਿਹੜੀ ਦਾਤਰੀ ਨਾ ਫੜਨੇ ਪਏ ਸਾਨੂੰ? ਛੁੱਟੀ ਕੰਮ ਸੁ ਕੰਮ ਜਿਹੜਾ ਨਾ ਅੰਦਾਜ਼ੇ ਨਾਲ ਜੇ ਤਾਂ ਘਰਦਿਆਂ ਦੇ ਜਿਹੜੀ ਸੇਵਾ ਸੁਵਾ ਘਰ ਦੇ ਕਰਦੇ ਨੇ ਉਹ ਮਹੀਨਾ ਡੇਢ ਹੀ ਕਰਦੇ ਨੇ। ਅੱਛਾ, ਉਸ ਤੋਂ ਬਾਅਦ ਫਿਰ ਘਰ ਦੇ ਕਹਿੰਦੇ ਨੇ ਕਿ ਹੁਣ ਘਰ ਦੇ ਭਾਈ ਕਹਿੰਦੇ ਨੇ ਕੰਮ ਕਰ ਅਤੇ ਫਿਰ ਜਿਹੜਾ ਨਾ ਤੇਰੀ ਸੇਵਾ ਹੋਣੀ। ਇਹ ਦੇਖ ਲਓ ਵੀਰ ਜੀ, ਅਸੀਂ ਛੁੱਟੀ ਆਏ ਹਾਂ, ਸਾਨੂੰ ਮਹੀਨਾ ਹੋਇਆ ਤਾਂ ਕੋਈ ਮਹੀਨਾ ਇੱਕ ਸੇਵਾ ਕੀਤੀ ਹੈ ਘਰਦਿਆਂ ਨੇ, ਅਤੇ ਹੁਣ ਭਾਈ ਮਹੀਨਾ ਹੋ ਗਿਆ ਅਤੇ ਸੇਵਾ ਉਹਨਾਂ ਨੇ ਭਾਈ ਹੁਣ ਕਰਨੀ ਘੱਟ ਘੱਟ ਕਰ ਛੱਡੀ ਹੈ। ਉਹਨਾਂ ਆਖਿਆ ਜੀ ਹੁਣ ਸੇਵਾ ਤਾਂ ਹੀ ਹੋਣੀ ਹੈ ਡੰਗਰਾਂ ਲਈ, ਪੱਠੇ ਵੱਢੋ। ਅਤੇ ਅੱਜ ਅਸੀਂ ਆਏ ਨੇ ਪੱਠੇ ਵੱਢਣ, ਅਤੇ ਘਰ ਦੇ ਭਾਈ ਮਹੀਨਾ ਜਿਹੜਾ ਨਾ 10 ਦਿਨ 20-25 ਦਿਨ ਬੜੀ ਸੇਵਾ ਕਰਦੇ ਨੇ, ਅਤੇ ਹੁਣ ਭਾਈ ਜਦੋਂ ਇਹ ਮਹੀਨਾ ਉਹ ਗੁਜ਼ਰ ਗਿਆ ਹੁਣ ਉਹਨਾਂ ਨੇ ਕਿਹਾ ਜੀ ਸੇਵਾ ਸੁਬਹਾ ਤਾਂ ਹੀ ਹੋਣੀ ਹੈ, ਕੰਮ ਕਰੋਗੇ ਘਰ ਦਾ ਤਾਂ ਸੇਵਾ ਹੋਣੀ ਹੈ। ਅਤੇ ਅਸੀਂ ਤਾਂ 2 ਸਾਲ ਬਾਅਦ ਦੁਬਈਓਂ ਆਏ ਹਾਂ, ਅਸੀਂ ਆਖਿਆ ਜਾ ਕੇ ਸਕੂਨ ਕਰਨੇ, ਅਤੇ ਭਾਈ ਕੋਈ ਸਕੂਨ ਨਹੀਂ ਤਾਂ ਉੱਥੇ ਹੀ ਚੰਗਾ, ਬੰਦਾ ਬਾਹਰ ਇੱਜ਼ਤ ਤਾਂ ਹੈ ਨਾ ਸਕੂਨ ਨਾਲ, ਤਾਂ ਛੁੱਟੀ ਆਉਣਾ ਅਤੇ ਮਹੀਨਾ ਰਵੋ ਅਤੇ ਵਾਪਸ ਇੱਜ਼ਤ ਦੀ ਛੁੱਟੀ ਆ, ਇੱਜ਼ਤ ਦੀ ਛੁੱਟੀ। ਅਗਰ ਜ਼ਿਆਦਾ ਛੁੱਟੀ ਤੁਸੀਂ ਕੱਟੋ ਤਾਂ ਫਿਰ ਸਮਝ ਲਓ ਦਾਤਰੀ ਹੱਥ 'ਚ ਫੜਾ ਦਿੰਦੇ ਨੇ ਘਰ ਦੇ। ਹੁਣ ਮੈਨੂੰ ਮਹੀਨਾ ਹੋ ਗਿਆ ਆਏ ਦਿਆਂ, ਅਤੇ ਅੱਜ ਪੂਰੇ ਮਹੀਨੇ ਬਾਅਦ ਅੱਜ ਮੈਨੂੰ ਦਾਤਰੀ ਫੜਾ ਰਹੀ ਹੈ। ਮੇਰੀ ਕੋਸ਼ਿਸ਼ ਕਿ ਮੈਂ ਪੱਠੇ ਨਾ ਵੱਢਾਂ, ਲੇਕਿਨ ਘਰਦਿਆਂ ਨੇ ਭਾਈ ਜਾਨ ਮੁਗਲਾ ਫੜੇ ਦਾ ਸੀ, ਚੱਲ ਪੁੱਤਰ ਪੱਠੇ ਵੱਢ ਕੇ ਲਿਆ, ਪੱਠੇ ਵੱਢ ਕੇ ਲਿਆ। ਨਾਲੇ ਬਾਬਾ ਜੀ ਵਿਆਹ ਵੀ ਥੋੜ੍ਹੇ ਦਿਨਾਂ ਨੂੰ ਰਹਿ ਗਿਆ, ਅਤੇ ਘਰ ਸਹੁਰਿਆਂ ਨੇ ਮਾਸ਼ਾਅੱਲਾ ਝੋਟੀ ਸੋਹਣੀ ਭੇਜੀ ਹੈ, ਅਤੇ ਉਹਨਾਂ ਨੇ ਕਿਹਾ ਜੀ ਹੁਣ ਤਾਂ ਤੇਰੀ ਮਹੀਂ ਵੀ ਆ ਗਈ ਹੈ ਅਤੇ ਪੱਠੇ ਵੱਢਣੇ ਤਾਂ। ਯਾਨੀ ਵਕਾਰ ਦਾ ਜਨਾਜ ਦੁਬਈਓਂ ਆਉਣ ਦਾ ਮਕਸਦ ਪੂਰਾ ਹੋ ਰਿਹਾ ਹੈ? ਹਾਂਜੀ, ਅਤੇ ਮਕਸਦ ਜਿਹੜਾ ਸੀ ਉਹ ਤਾਂ ਪੂਰਾ ਹੋ ਗਿਆ, ਅੱਲਾ ਨੇ ਪੂਰਾ ਕਰ ਛੱਡਿਆ। ਅਤੇ ਨਸੀਬਾਂ ਦੀ ਗੱਲ ਆ, ਬੜਾ ਅੱਲਾ ਦਾ ਸ਼ੁਕਰ ਹੈ, ਬੜੀ ਸੋਹਣੀ ਮਹੀਂ ਜਿਹੜੀ ਹੈ ਜਿਹੜੀਆਂ ਨੇ ਸਹੁਰਿਆਂ ਨੇ ਦਿੱਤੀ। ਅਸੀਂ ਸੋਚਿਆ ਸੀ ਕਿ ਫਿਰਾਂ ਤੁਰਾਂਗੇ ਜਿਹੜੀ ਕੋਈ ਮਹੀਨਾ ਹੋਰ ਛੁੱਟੀ ਹੈ,
ਲੇਕਿਨ ਉਹਨੇ ਕਿਹਾ ਜੀ ਨਹੀਂ ਪੱਠੇ ਵੱਢਣੇ ਜ਼ਰੂਰੀ ਤੇ ਜਿਹੜੇ ਤੁਹਾਡੇ ਭਰਾ ਦੁਬਈ ਤੋਂ ਛੱਡ ਕੇ ਆਇਆ ਯਾਰਾਂ ਦੋਸਤਾਂ ਉਹਨਾਂ ਨੂੰ ਕੀ ਮੈਸੇਜ ਦੇਵਾਂਗਾ ਉਹਨਾਂ ਨੂੰ ਮੈਂ ਮੈਸੇਜ ਇਹੀ ਦੇਣਾ ਕਿ ਬਈ ਅਗਰ ਤੁਸੀਂ ਛੁੱਟੀ ਆਉਣਾ ਤੇ ਕਮ ਸੇ ਕਮ 30 ਜਾਂ 35 ਦਿਨਾਂ ਦੀ ਛੁੱਟੀ ਆਵੋ ਅੱਛੀ ਗੁਜ਼ਾਰੋ ਤੇ ਚਲਾ ਜਾਓ ਅਗਰ ਮਹੀਨੇ ਤੋਂ ਉੱਤੇ ਛੁੱਟੀ ਹੋ ਗਈ ਤੇ ਤੁਹਾਡੀ ਕੋਈ ਇੱਜ਼ਤ ਨਹੀਂ ਕੋਈ ਗੱਲ ਨਹੀਂ ਦਾਤਰੀ ਫੜਾ ਦਿੰਦੇ ਨੇ ਪੱਠੇ ਵੱਢਾ ਦਾਤਰੀ ਫੜਾ ਦਿੰਦੇ ਪੱਠੇ ਵੱਢਾ ਮਹੀਨਾ ਖੰਡ ਵਾਵਾ ਕੋਈ ਕਿਲੋ ਡੇਢ ਕਿਲੋ ਦੁੱਧ ਪਿਲਾਉਂਦੇ ਸਨ ਤੇ ਮੁੰਡਾ ਬਾਹਰੋਂ ਆਇਆ ਘਿਓ ਸ਼ੋ ਵੀ ਲਿਆਂਦੇ ਦਾ ਸੀ ਉਹ ਵੀ ਖਾ ਖੜਿਆ ਮੁੱਕ ਗਿਆ ਹੁਣ ਉਹਨੇ ਕਿਹਾ ਜੀ ਹੁਣ ਘਿਓ ਜੋ ਕੇ ਕੰਮ ਕਰੋ ਤੇ ਘਿਓ ਤੁਹਾਨੂੰ ਮਿਲੇਗਾ ਘਿਓ ਮਿਲੇਗਾ ਤੇ ਜੇ ਕੰਮ ਨਹੀਂ ਕਰਨਾ ਤੇ ਪੁੱਤਰ ਹੁਣ ਜਿਹੜਾ ਪਰਾਠਾ ਪੱਕਦਾ ਨਾ ਸਵੇਰੇ ਚਾਹ ਨਾਲ ਉਹ ਹੀ ਮਿਲਣਾ ਉਹ ਹੀ ਮਿਲਣਾ ਘਿਓ ਸ਼ੋ ਨਹੀਂ ਹੁਣ ਜੀ ਇਹ ਦੇਖ ਲਓ ਅੱਧਾ ਕੁ ਜਿਹੜਾ ਨਾ ਪਲਾਟ ਜਿਹੜਾ ਨਾ ਮੈਂ ਵੱਢ ਛੜਿਆ ਇਹ ਪੱਠੇ ਦੇਖ ਲਓ ਇਹ ਤੁਹਾਡੇ ਵੀਰ ਨੇ ਕੱਲੇ ਨਹੀਂ ਕਾਰ ਸਾਹਿਬ ਨੇ ਜਨਾਬ ਜੀ ਇਹ ਸਾਰੇ ਪੱਠੇ ਨੇ ਵੱਢ ਲਏ ਨੇ ਤੇ ਭਈਓ ਆ ਕੇ ਪਹਿਲੀ ਵਾਰੀ ਦਾਤਰੀ ਫੜੀ ਹੈ 5 ਸਾਲ ਮਜਬੂਰੀ ਦਾ ਨਾਮ ਸ਼ੁਕਰੀਆ ਜੀ ਗੱਲ ਹੈ ਯਾਨੀ ਮਜਬੂਰੀ ਜਿਹੜੀ ਹੈ ਬੜਾ ਕੁਝ ਕਰਵਾ ਛੜੀ ਬੜਾ ਕੁਝ ਕਰਵਾਇਆ ਨਹੀਂ ਕਿ ਹੁਣ ਤੂੰ ਸੋਚਿਆ ਕਿ ਇੱਜ਼ਤ ਕਰਵਾਣੀ ਹੈ ਤਾਂ ਪੱਠੇ ਵਾਢੀ ਲੈਣੇ ਚਾਹੀਦੇ ਤੇ ਇੱਜ਼ਤ ਵਾਸਤੇ ਇਨਸਾਨ ਬੜਾ ਕੁਝ ਕਰ ਛੜਦਾ ਹੈ ਇਹ ਪੱਠਿਆਂ ਦਾ ਕੀ ਕੰਮ ਹੈ 2 ਮਿੰਟ ਲੱਗੇ ਨੇ ਮੈਂ ਵਾਢੀ ਛੜੇ ਨੇ ਲੇਕਿਨ ਡਰਦਾ ਮੈਂ ਬੜਾ ਰਿਆਂ ਕਿ ਹੱਥ ਨਾ ਵੱਡਿਆ ਹੱਥ ਨਾ ਵੱਡ ਭਾਈ ਹੈ ਮੇਰਾ ਛੋਟਾ ਇਹ ਕਹਿ ਰਿਹਾ ਸੀ ਕਿ ਭਾਈ ਕੋਈ ਨਹੀਂ ਮੈਂ ਵੱਢਣਾ ਇਕੱਲਾ ਹੀ ਮੈਂ ਕਿਹਾ ਤੈਨੂੰ ਕੀ ਪਤਾ ਨਹੀਂ ਮੈਨੂੰ ਵੱਢਣੇ चारा लिया कार तो अब हम करेंगे घर को वापसी। जिन फ्रेंड्स ने अभी तक मेरे चैनल को सब्सक्राइब नहीं किया तो मेरे चैनल को सब्सक्राइब कर लें ताकि मेरी नई आने वाली वीडियो का नोटिफिकेशन उन तक पहुंच सके। तो अब दिए मुझे इजाज़त डेढ़ से दुआओं के साथ। ओके अल्लाह हाफिज़।